ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਕਰੋ ਦੀਨ ਕੈਦਾ ਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ ਗੁਰੂ ਰੂਪ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਉਸ ਇਲਾਹੀ ਦਰਗਾਹ ਤੋਂ ਗਰੀਬੀ ਲੈ ਕੇ ਆਏ ਹਨ, ਨਿਮਰਤਾ ਲੈ ਕੇ ਆਏ ਨੇ, ਹਲੀਮੀ ਲੈ ਕੇ ਆਏ ਨੇ ਅਤੇ ਉਸ ਗਰੀਬੀ ਨੂੰ ਜੋ ਕਿ ਮਨ ਦੀ ਗਰੀਬੀ ਹੈ ਉਸ ਨੂੰ ਵੰਡਦੇ ਹਨ ਅਤੇ ਜਗਤ ਨੂੰ ਨਿਰੰਕਾਰ ਦੇ ਨਾਲ ਜੋੜਦੇ ਹਨ ਕਿਉਂਕਿ ਖੁਦ ਦੇ ਵਿੱਚ ਬਹੁਤ ਵੱਡੀ ਹਲੀਮੀ ਹੈ, ਨਿਮਰਤਾ ਹੈ, ਬਹੁਤ ਵੱਡੀ ਹੈ। ਮਨ ਦੀ ਗਰੀਬੀ ਹੈ, ਜਿਸ ਦੇ ਕੋਲ ਮਨ ਦੀ ਗਰੀਬੀ ਹੈ ਉਹ ਦੂਜੇ ਨੂੰ ਵੀ ਇਹ ਦੌਲਤ ਦੇ ਸਕਦਾ ਹੈ ਅਤੇ ਉਸਦਾ ਜੀਵਨ ਬਦਲ ਸਕਦਾ ਹੈ ਕਿ ਕਦੇ ਉਹ ਵੀ ਸਮਾਂ ਸੀ ਜੋ ਆਪ ਜੀ ਨੂੰ ਅਰਜ਼ ਕੀਤੀ ਹੋਣੀ ਸੇਠੀ ਸਾਹਿਬ ਜੀ ਨੇ ਕਿ ਬਹਾਦਰ ਸ਼ਾਹ ਨੂੰ ਤਾਲੀਮ ਦਿੰਦਾ ਸੀ ਭਾਈ ਨੰਦ ਲਾਲ ਅਤੇ ਜਦੋਂ ਪਿਤਾ ਔਰੰਗਜ਼ੇਬ ਦਾ ਰਾਜ ਤਾਰਾ ਆਜਮ ਦੇ ਕੋਲ ਚਲਾ ਗਿਆ ਅਤੇ ਬਹਾਦਰ ਸ਼ਾਹ ਕਹਿੰਦਾ ਹੈ ਇਹ ਬਹੁਤ ਵੱਡਾ ਮੇਰੇ ਨਾਲ ਅਨਿਆ ਹੋਇਆ ਅਤੇ ਪਿਤਾ ਦਾ ਰਾਜ ਮੈਨੂੰ ਕੌਣ ਦਿਲਾ ਸਕਦਾ ਹੈ। ਭਾਈ ਨੰਦ ਲਾਲ ਜੀ ਕਹਿੰਦੇ ਨੇ ਇੱਕੋ ਹੀ ਤਾਕਤ ਤੈਨੂੰ ਰਾਜ ਦਿਲਾ ਸਕਦੀ ਹੈ, ਇੱਕੋ ਹੀ ਤਾਕਤ, ਔਰ ਉਹ ਤਾਕਤ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਇੱਕ ਦਫ਼ਾ ਤਾਂ ਬਹਾਦਰ ਸ਼ਾਹ ਹੈਰਾਨ ਹੋ ਗਿਆ, ਆਪ ਜੀ ਕੀ ਕਹਿ ਰਹੇ ਹੋ ਕਿ ਮੇਰੇ ਪਿਤਾ ਨੇ ਇਤਨੇ ਜ਼ੁਲਮ ਕੀਤੇ ਨੇ ਉਹਨਾਂ 'ਤੇ, ਇਤਨੇ ਤਸੀਹੇ ਦਿੱਤੇ ਨੇ ਜਿਨ੍ਹਾਂ ਦੇ ਪਿਤਾ ਨੂੰ ਸ਼ਹੀਦ ਕੀਤਾ, ਬੱਚਿਆਂ ਨੂੰ ਸ਼ਹੀਦ ਕੀਤਾ, ਅਨਿਨ ਭਗਤਾਂ ਨੂੰ ਸ਼ਹੀਦ ਕੀਤਾ, ਜਿਨ੍ਹਾਂ ਦਾ ਪਰਿਵਾਰ ਖੇਰੂ ਖੇਰੂ ਹੋ ਗਿਆ ਮੇਰੇ ਪਿਤਾ ਕਰਕੇ, ਅਤੇ ਉਸ ਰਹਿਬਰ ਪੁਰਸ਼ ਨੇ ਮੈਨੂੰ ਕਿਸ ਤਰ੍ਹਾਂ ਰਾਜ ਦਿਲਾਉਣਾ ਹੈ। ਭਾਈ ਨੰਦ ਲਾਲ ਜੀ ਕਹਿੰਦੇ ਨੇ ਤੂੰ ਇੱਕ ਦਫ਼ਾ ਸ਼ਰਧਾ ਤਾਰ ਕੇ ਚੱਲ ਮੇਰੇ ਨਾਲ। ਜਾਂਦੇ ਨੇ, ਮੱਥਾ ਟੇਕਦੇ ਨੇ, ਬੈਠ ਜਾਂਦੇ ਨੇ, ਸਤਿਗੁਰੂ ਜੀ ਪੁੱਛਦੇ ਨੇ ਭਾਈ ਪੁਰਖਾ ਕਿਸ ਤਰ੍ਹਾਂ ਆਉਣਾ ਹੋਇਆ, ਅਤੇ ਬਹਾਦੁਰ ਸ਼ਾਹ ਆਪਣੀ ਗੱਲ ਸੁਣਾਉਂਦਾ ਹੈ ਮਹਾਰਾਜ ਮੈਂ ਇਸ ਕਰਕੇ ਆਇਆ। ਹੁਣ ਇਹ ਦੇਖਣਾ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ
ਦਾ ਹਿਰਦਾ ਜਿਗਰਾ ਕਿਤਨਾ ਵੱਡਾ ਹੈ। ਬਸ ਇਤਨੀ ਗੱਲ ਕਹਿ ਦਿੱਤੀ ਬਹਾਦਰ ਸ਼ਾਹ, ਜੇਕਰ ਤੂੰ ਮੇਰੇ ਕੋਲ ਆਇਆ ਹੈ ਤੈਨੂੰ ਰਾਜ ਜ਼ਰੂਰ ਮਿਲੇਗਾ, ਕਿਉਂਕਿ ਇਹ ਦਰ ਗੁਰੂ ਨਾਨਕ ਸਾਹਿਬ ਦਾ ਹੈ। ਜਿਹੜਾ ਵੀ ਕੋਈ ਇਸ ਦਰ ਵਿੱਚ ਆ ਗਿਆ, ਬਾਹੇ ਗਹੇ ਕੀ ਲਾਜ, ਤੈਨੂੰ ਰਾਜ ਜ਼ਰੂਰ ਮਿਲੇਗਾ। ਜਦੋਂ ਇਤਨੀ ਗੱਲ ਕਹਿੰਦੇ ਨੇ ਬਹਾਦਰ ਸ਼ਾਹ, ਭਾਈ ਨੰਦ ਲਾਲ ਦੇ ਨਾਲ ਫਿਰ ਵਾਪਿਸ ਜਾਣ ਲੱਗੇ ਨੇ। ਅਤੇ ਬਹਾਦਰ ਸ਼ਾਹ ਕਹਿੰਦਾ ਹੈ ਭਾਈ ਨੰਦ ਲਾਲ ਨੂੰ, ਮਹਾਰਾਜ ਉਸਤਾਦ ਜੀ ਕਹਿੰਦੇ ਨੇ ਰੋਂਦੇ ਰੋਂਦੇ, ਬਹਾਦਰ ਸ਼ਾਹ ਦੇ ਅੱਖਾਂ ਵਿੱਚ ਹੰਝੂ ਵਗ ਰਹੇ ਨੇ, ਔਰ ਕਹਿੰਦਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਦਫਾ ਵੀ ਨਹੀਂ ਕਿਹਾ, ਜ਼ਿਕਰ ਹੀ ਨਹੀਂ ਕੀਤਾ ਕਿ ਤੇਰੇ ਪਿਤਾ ਨੇ ਮੇਰੇ ਪਿਤਾ ਨੂੰ ਸ਼ਹੀਦ ਕੀਤਾ, ਤੇਰੇ ਪਿਤਾ ਨੇ ਮੇਰੇ ਬੱਚਿਆਂ ਨੂੰ ਸ਼ਹੀਦ ਕੀਤਾ, ਇੱਕ ਦਫਾ ਵੀ ਨਹੀਂ ਕਿਹਾ, ਇੱਕ ਦਫਾ ਵੀ। ਅਤੇ ਭਾਈ ਨੰਦ ਲਾਲ ਜੀ ਕਹਿੰਦੇ ਨੇ ਉਹ ਖੁਦ ਖੁਦਾ ਹੈ, ਖੁਦ ਨਿਰੰਕਾਰ ਹੈ, ਪੂਰਨ ਪੁਰਸ਼ ਹੈ, ਦਰਿਆ ਦਿਲ ਹੈ, ਇਲਾਹੀ ਨੂਰ ਹੈ। ਅਤੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਇੱਕ ਦਫਾ ਵੀ ਨਹੀਂ ਪੁੱਛਿਆ, ਕਹਿੰਦੇ ਨੇ ਜਿਸ ਦਾ ਦਿਲ ਬਹੁਤ ਵੱਡਾ ਹੁੰਦਾ ਹੈ ਉਹ ਨਹੀਂ ਪੁੱਛਦਾ। ਦੂਜੀ ਤਰਫ ਮੈਂ ਅਰਜ਼ ਕਰਾਂ, ਪਰਮਾਤਮਾ ਦੀ ਬਖਸ਼ਿਸ਼ ਕੀਤੀ ਹੋਈ ਜੋ ਸੰਗਤ ਹੈ, ਜਿਸ ਨੂੰ ਕਹਿ ਦਿੱਤਾ ਖਾਲਸਾ ਅਕਾਲ ਪੁਰਖ ਕੀ ਫੌਜ, ਇੱਕ ਮਿੱਕ ਹੈ, ਨਿਰੰਕਾਰ ਦੇ ਵਿੱਚ ਖਾਲਸਾ ਦੇ ਵਿੱਚ ਕੋਈ ਫਰਕ ਨਹੀਂ, ਕੋਈ ਭੇਦ ਨਹੀਂ, ਇੱਕੋ ਹੀ ਹੈ, ਇੱਕੋ ਹੀ। ਔਰ ਜਦੋਂ ਵੀ ਅਸੀਂ ਕਥਾ ਦੀ ਆਰੰਭਤਾ ਕਰਦੇ ਹਾਂ ਜਾਂ ਕੋਈ ਵੀ ਕਥਾ ਵਾਚਕ ਵੰਦਨਾ ਕਰਦਾ ਹੈ ਅਤੇ ਵੰਦਨਾ ਤੋਂ ਬਾਅਦ ਇਹ ਅਲਫਾਜ਼ ਬੋਲੇ ਜਾਂਦੇ ਨੇ, ਗੁਰੂ ਰੂਪ ਸਾਧ ਸੰਗਤ ਜੀ, ਗੁਰੂ ਰੂਪ, ਕਿ ਜੋ ਸੰਗਤ ਹੈ ਉਹ ਗੁਰੂ ਰੂਪ ਹੈ। ਜਿਤਨਾ ਵੱਡਾ ਦਿਲ ਗੁਰੂ ਦਾ ਉਤਨਾ ਹੀ ਵੱਡਾ ਦਿਲ ਸੰਗਤ ਦਾ, ਜਿਤਨੀ ਦਇਆ ਗੁਰੂ ਦੇ ਕੋਲ ਉਤਨੀ ਹੀ ਦਇਆ ਸੰਗਤ ਦੇ ਕੋਲ, ਸੰਗਤ ਦੇ ਕੋਲ। ਤਾਂ ਮੈਂ ਅਰਜ਼ ਕਰ ਰਿਹਾ ਸੀ, ਕਈ ਦਫ਼ਾ ਕੀ ਹੁੰਦਾ ਹੈ, ਮੇਰੀ ਅਰਜ਼ ਨੂੰ ਥੋੜ੍ਹਾ ਜਿਹਾ ਸਮਝਣਾ, ਕਿ ਦਿਲ ਦੀ ਤਾਂ ਧਾਰਨਾ ਹੁੰਦੀ ਹੈ, ਤਮੰਨਾ ਹੁੰਦੀ ਹੈ ਕਿ ਮੈਂ ਕਿਸੇ ਮਹਾਨ ਹਸਤੀ ਦਾ ਬਹੁਤ ਵੱਡਾ ਸਵਾਗਤ ਕਰਨਾ ਹੈ, ਬਹੁਤ ਵੱਡਾ ਸਤਿਕਾਰ ਕਰਨਾ ਹੈ, ਦਿਲ ਵਿੱਚ ਇਹ ਧਾਰਨਾ ਹੁੰਦੀ ਹੈ ਕਿ ਮੈਂ ਸਤਿਕਾਰ ਕਰਨਾ ਹੈ, ਮੈਂ ਸਵਾਗਤ ਕਰਨਾ ਹੈ। ਪਰ ਉਹ ਇਤਫਾਕ ਦੇ ਨਾਲ ਐਸੀ ਗੱਲ ਵਾਪਰ ਜਾਂਦੀ ਹੈ ਕਿ ਧਾਰਨਾ ਤਾਂ ਸੀ ਸਤਿਕਾਰ ਦੀ, ਮੈਂ ਸਤਿਕਾਰ ਕਰਨਾ ਹੈ, ਸਵਾਗਤ ਕਰਨਾ, ਤਨ ਮਨ ਦੇ ਨਾਲ ਸਜਦਾ ਕਰਨਾ ਹੈ, ਜੋ ਕਿ ਧਾਰਨਾ ਕੁਛ ਹੋਰ ਸੀ, ਪ੍ਰਭੂ ਦੇ ਨਾਲ ਜੁੜਨਾ, ਪ੍ਰਭੂ ਦਾ ਪਿਆਰ ਪ੍ਰਾਪਤ ਕਰਨਾ। ਪਰ ਇਤਫਾਕ ਦੇ ਨਾਲ ਕੋਈ ਐਸੀ ਗੱਲ ਹੋ ਜਾਵੇ ਅਤੇ ਉਸਨੂੰ ਹੋਰ ਢੰਗ ਦੇ ਨਾਲ ਲੈਣਾ, ਉਸ ਤੋਂ ਪਹਿਲਾਂ ਉਹਦੀ ਧਾਰਨਾ ਨੂੰ ਸਮਝਣਾ ਹੈ। ਬੋਲੀ ਹੈ ਸੱਚ ਧਰਮ, ਕਿ ਧਾਰਨਾ ਕੀ ਸੀ, ਧਾਰਨਾ ਸੀ ਸਵਾਗਤ ਦੀ, ਧਾਰਨਾ ਕੀ ਸੀ ਪ੍ਰਭੂ ਦੇ ਪਿਆਰ ਦੀ, ਇਹ ਧਾਰਨਾ ਸੀ। ਅਤੇ ਸੱਚ ਨੂੰ ਜੇਕਰ ਅਸੀਂ ਹਿਰਦੇ ਵਿੱਚ ਵਸਾ ਲਿਆ ਕਿ ਸੱਚੀ ਗੱਲ ਕੀ ਹੈ, ਅਸਲੀ ਗੱਲ ਕੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਦਾ ਸਵਾਗਤ ਕਰਨਾ ਸੀ, ਧਾਰਨਾ ਇਹ ਹੈ। ਅਤੇ ਉਸ ਧਾਰਨਾ ਨੂੰ ਆਪ ਜੀ ਨੇ ਵੀ ਕਬੂਲਿਆ, ਆਪ ਜੀ ਨੇ ਵੀ ਸਹਿਮਤੀ ਪ੍ਰਗਟਾਈ, ਆਪ ਜੀ ਨੇ ਵੀ ਬਹੁਤ ਵੱਡਾ ਦਿਲ ਦਿਖਾਇਆ। ਖੈਰ ਗੁਰੂ ਕਿਰਪਾ ਕਰਨ, ਗੁਰੂ ਨਾਨਕ ਸਾਹਿਬ ਜੀ ਜਦੋਂ ਵੇਈ ਨਦੀ ਚੋਂ ਬਾਹਰ ਆਉਂਦੇ ਨੇ ਤਾਂ ਇਤਿਹਾਸਿਕ ਲੜੀ ਜੋ ਚੱਲ ਰਹੀ ਹੈ
ਤੇ ਆਪ ਜੀ ਕਹਿੰਦੇ ਨੇ ਨਾ ਕੋ ਹਿੰਦੂ ਨਾ ਮੁਸਲਮਾਨ। ਤਾਂ ਸੁਲਤਾਨਪੁਰ ਦੇ ਲੋਕ ਪੁੱਛਦੇ ਹਨ ਜੇ ਕੋਈ ਹਿੰਦੂ ਵੀ ਨਹੀਂ ਜੇ ਕੋਈ ਮੁਸਲਮਾਨ ਵੀ ਨਹੀਂ ਫਿਰ ਤੂੰ ਕੌਣ ਹੈ ਕੌਣ ਹੈ? ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮੈਂ ਖੁਦਾ ਦਾ ਬੰਦਾ ਖੁਦਾ ਦਾ, ਕਿਉਂਕਿ ਕੋਈ ਮਨੁੱਖ ਤਨ ਕਰਕੇ ਹਿੰਦੂ ਹੈ ਤਨ ਕਰਕੇ ਮੁਸਲਮਾਨ ਹੈ ਪਰ ਆਤਮਾ ਕਰਕੇ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਿਮ ਹੈ। ਚੇਤਨਾ ਕਰਕੇ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਿਮ ਹੈ, ਤਨ ਕਰਕੇ ਕਹਿ ਦਿੰਦੇ ਹਾਂ ਇਹ ਹਿੰਦੂ ਹੈ ਇਹ ਮੁਸਲਿਮ ਹੈ। ਪਰ ਮੈਂ ਅਰਜ਼ ਕਰਾਂ ਜਿਸ ਨੂੰ ਸਿੱਖ ਕਹਿੰਦੇ ਨੇ ਉਹ ਤਨ ਕਰਕੇ ਵੀ ਸਿੱਖ ਹੈ, ਉਹ ਮਨ ਕਰਕੇ ਵੀ ਸਿੱਖ ਹੈ, ਆਤਮਾ ਕਰਕੇ ਵੀ ਸਿੱਖ ਹੈ। ਸਿੱਖਣ ਵਾਲਾ ਤਾਂ ਜਦੋਂ ਦੌਲਤ ਖਾਂ ਤੱਕ ਗੱਲ ਪਹੁੰਚਦੀ ਹੈ, ਮੌਲਵੀ ਨੇ ਪਹੁੰਚਾ ਦਿੱਤੀ, ਕਿਉਂਕਿ ਉਸ ਵੇਲੇ ਅਕਸਰ ਕੀ ਹੁੰਦਾ ਸੀ ਕਿ ਜੋ ਸੱਚੀ ਖਬਰ ਨਵਾਬ ਤੱਕ ਪਹੁੰਚਦੀਆਂ ਪਹੁੰਚਦੀਆਂ ਬਹੁਤ ਕੁਛ ਉਹਦੇ ਵਿੱਚ ਮਿਕਸ ਹੋ ਜਾਂਦਾ ਸੀ। ਆਪ ਜੀ ਨੂੰ ਇਤਿਹਾਸ ਦੀ ਖਬਰ ਹੋਵੇਗੀ, ਆਪ ਜੀ ਦੀ ਜਾਣਕਾਰੀ ਲਈ ਮੈਂ ਇੱਕ ਹੋਰ ਅਰਜ਼ ਕਰ ਦੇਵਾਂ। ਕਹਿੰਦੇ ਨੇ ਬਹੁਤ ਸਾਰੀਆਂ ਗੱਲਾਂ ਔਰੰਗਜ਼ੇਬ ਤੱਕ ਵੀ ਨਹੀਂ ਪਹੁੰਚਦੀ ਸੀਆਂ। ਜਿਹੜੀ ਸੱਚੀ ਗੱਲ ਹੁੰਦੀ ਸੀ ਔਰੰਗਜ਼ੇਬ ਤੱਕ ਬਹੁਤ ਥੋੜ੍ਹੀ ਗੱਲ ਪਹੁੰਚਦੀ ਸੀ ਅਤੇ ਵਿਚਕਾਰ ਬਹੁਤ ਕੁਛ ਮਿਲਾਵਟ ਹੋ ਜਾਂਦੀ ਸੀ। ਅਤੇ ਦੌਲਤ ਖਾਨ ਨੂੰ ਕਹਿ ਦਿੱਤਾ ਕਿ ਨਾਨਕ ਫਕੀਰ ਇਹ ਦਾਅਵਾ ਕਰਦਾ ਹੈ ਨਾ ਕੋਈ ਹਿੰਦੂ ਨਾ ਮੁਸਲਮਾਨ, ਅਤੇ ਫਿਰ ਇਹ ਕੌਣ ਨੇ? ਜੇ ਇਹ ਵਾਕਈ ਹੀ ਤਨ ਕਰਕੇ ਨਾ ਹਿੰਦੂ ਨਾ ਮੁਸਲਮਾਨ ਮੰਨਦੇ ਨੇ ਤਾਂ ਫਿਰ ਕੀ ਇਹ ਮਸੀਤ ਵਿੱਚ ਨਮਾਜ਼ ਅਦਾ ਕਰ ਸਕਦੇ ਨੇ ਸਾਡੇ ਨਾਲ? ਗੁਰੂ ਨਾਨਕ ਸਾਹਿਬ ਨੇ ਹਾਂ ਕਹਿ ਦਿੱਤਾ, ਜੇ ਤੁਸੀਂ ਨਮਾਜ਼ ਅਦਾ ਕਰੋਗੇ ਮੈਂ ਵੀ ਕਰਾਂਗਾ, ਪਰ ਇਹ ਸ਼ਰਤ ਹੈ ਨਮਾਜ਼ ਤੁਸੀਂ ਵੀ ਅਦਾ ਕਰਨੀ ਹੈ। ਜੇ ਤੁਸੀਂ ਨਹੀਂ ਕਰੋਗੇ ਨਮਾਜ਼ ਅਦਾ ਮੈਂ ਵੀ ਨਹੀਂ ਕਰਾਂਗਾ। ਮਸੀਤ ਦੇ ਵਿੱਚ ਦੌਲਤ ਖਾਂ ਅਤੇ ਹਾਜੀ ਮੌਲਵੀ ਇਕੱਠੇ ਹੋਏ ਨੇ, ਬਾਹਰ ਬਹੁਤ ਸਾਰੀ ਭੀੜ ਇਕੱਠੀ ਹੈ ਕਿ ਅੱਜ ਨਾਨਕ ਜੀ ਨਮਾਜ਼ ਅਦਾ ਕਰਨਗੇ। ਤਾਂ ਸਤਿਗੁਰੂ ਜੀ ਖੜ੍ਹੇ ਨੇ ਅਤੇ ਨਵਾਬ ਨਮਾਜ਼ ਅਦਾ ਕਰ ਰਿਹਾ ਹੈ, ਕਦੇ ਝੁਕਦਾ ਹੈ ਕਦੇ ਉੱਠਦਾ ਹੈ, ਕਦੇ ਝੁਕਦਾ ਹੈ ਕਦੇ ਉੱਠਦਾ ਹੈ, ਮੌਲਵੀ ਵੀ ਇਸੇ ਤਰ੍ਹਾਂ ਕਰਦਾ ਹੈ। ਗੁਰੂ ਨਾਨਕ ਸਾਹਿਬ ਜੀ ਖੜ੍ਹੇ ਹਨ ਅਤੇ ਜਦੋਂ ਉਹਨਾਂ ਨੇ ਨਮਾਜ਼ ਅਦਾ ਕੀਤੀ ਅਤੇ ਸਤਿਗੁਰੂ ਨੂੰ ਪੁੱਛ ਲਿਆ, ਆਪ ਜੀ ਨੇ ਨਮਾਜ਼ ਅਦਾ ਨਹੀਂ ਕੀਤੀ ਸਾਡੇ ਨਾਲ। ਸਤਿਗੁਰੂ ਜੀ ਕਹਿਣ ਲੱਗੇ ਸ਼ਰਤ ਇਹ ਸੀ ਕਿ ਨਮਾਜ਼ ਤੁਸੀਂ ਵੀ ਅਦਾ ਕਰਨੀ ਹੈ, ਪਰ ਤੁਸੀਂ ਤਾਂ ਨਮਾਜ਼ ਅਦਾ ਕੀਤੀ ਨਹੀਂ। ਨਵਾਬ ਕਹਿੰਦਾ ਹੈ ਫਿਰ ਅਸੀਂ ਕੀ ਪਈ ਕਰਦੇ ਸੀ, ਇਹ ਆਪ ਜੀ ਕੀ ਦੇਖ ਰਹੇ ਸੀ? ਕਹਿੰਦੇ ਨੇ ਅਸੀਂ ਨਮਾਜ਼ ਅਦਾ ਨਹੀਂ ਕਰ ਰਹੇ ਸੀ ਤਾਂ ਕੀ ਕਰ ਰਹੇ ਸੀ? ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਬਸ ਮੈਂ ਇਤਨਾ ਦੇਖ ਰਿਹਾ ਸੀ ਤੁਸੀਂ ਕਦੇ ਉੱਠਦੇ ਸੀ ਕਦੇ ਬੈਠਦੇ ਸੀ, ਜਿਸ ਨੂੰ ਅਸੀਂ ਕਹਿੰਦੇ ਹਾਂ ਊਠਕ ਬੈਠਕ ਕਰ ਰਹੇ ਸੀ। ਜੇ ਇਹੀ ਊਠਕ ਬੈਠਕ ਕਰਨੀ ਸੀ ਬਾਹਰ ਵੀ ਕਰ ਸਕਦੇ ਸੀ, ਮਸੀਤ ਦੀ ਕੀ ਲੋੜ ਸੀ? ਪਰ ਜੇਕਰ ਹੋਰ ਵੀ ਅੱਗਾਂ ਪੁੱਛਣਾ ਚਾਹੁੰਦੇ ਹੋ ਤਾਂ ਫਿਰ ਸੁਣ ਲਵੋ। ਨਵਾਬ ਜੀ ਜਦੋਂ ਨਮਾਜ਼ ਅਦਾ ਕਰ ਰਹੇ ਸੀ, ਆਪ ਜੀ ਦਾ ਮਨ ਘੋੜੇ ਖਰੀਦਣ ਵਾਸਤੇ ਗਿਆ ਸੀ ਕਾਬਲ। ਮੌਲਵੀ ਜੀ ਜਦੋਂ ਨਮਾਜ਼ ਅਦਾ ਕਰ ਰਹੇ ਸੀ ਤੇ ਆਪ ਜੀ ਦੇ ਘਰ ਘੋੜੀ ਸੋਈ ਹੈ ਤੇ ਆਪ ਜੀ ਦੇ ਘਰ ਵਿੱਚ ਖੂਹ ਵੀ ਹੈ, ਡਰ ਸੀ ਕਿਤੇ ਵਛੇਰਾ ਖੂਹ ਵਿੱਚ ਨਾ ਡਿੱਗ ਪਵੇ।
ਉੱਥੇ ਸੀ। ਹੁਣ ਇਹ ਕਥਾ, ਇਹ ਇਤਿਹਾਸਿਕ ਵਿਚਾਰ ਆਪ ਜੀ ਸਾਰੇ ਹੀ ਸੁਣਦੇ ਹੋ, ਸਾਰਿਆਂ ਨੂੰ ਖਬਰ ਹੈ ਸਾਰੇ, ਪਰ ਮੈਂ ਅਰਜ਼ ਕਰਾਂ ਇਹ ਕਥਾ ਗੁਰੂ ਨਾਨਕ ਸਾਹਿਬ ਅਤੇ ਨਵਾਬ ਅਤੇ ਮੌਲਵੀਆਂ ਦੇ ਵਿਚਕਾਰ ਨਹੀਂ ਚੱਲ ਰਹੀ, ਇਹ ਕਥਾ ਧੰਨ ਗੁਰੂ ਗ੍ਰੰਥ ਸਾਹਿਬ ਅਤੇ ਸਾਡੇ ਵਿਚਕਾਰ ਚੱਲ ਰਹੀ ਹੈ, ਸਾਡੇ ਵਿਚਕਾਰ। ਹੁਣ ਗੁਸਤਾਖੀ ਮਾਫ, ਆਪ ਜੀ ਨੇ ਇਹ ਦੇਖਣਾ ਹੈ ਕਿ ਕਿਤੇ ਸਾਡੀ ਤਾਂ ਕਥਾ ਨਹੀਂ ਹੈ, ਤਨ ਕਰਕੇ ਅਸੀਂ ਵੀ ਬੈਠੇ ਹਾਂ ਸੰਗਤ ਵਿੱਚ ਅਤੇ ਮਨ ਸਾਡਾ ਕੋੜੇ ਖਰੀਦ ਰਿਹਾ ਹੋਵੇ, ਅਤੇ ਮਨ ਸਾਡਾ ਘਰ ਵਿੱਚ ਬੈਠਾ ਹੋਵੇ, ਮਨ ਸਾਡਾ ਦੁਕਾਨ 'ਤੇ ਬੈਠਾ ਹੋਵੇ। ਜੇ ਇਸ ਤਰ੍ਹਾਂ ਖੇਡ ਚੱਲ ਰਹੀ ਹੈ ਤਾਂ ਫਿਰ ਗੁਸਤਾਖੀ ਮਾਫ, ਫਿਰ ਕਬੂਲ ਨਹੀਂ, ਨਮਾਜ਼ ਕਬੂਲ ਨਹੀਂ ਹੈ, ਇਬਾਦਤ ਕਬੂਲ ਨਹੀਂ ਹੈ, ਸਜਦਾ ਕਬੂਲ ਨਹੀਂ ਹੈ, ਬੈਠਣਾ ਕਬੂਲ ਨਹੀਂ। ਜਿੱਥੇ ਤਨ ਕਰਕੇ ਬੈਠੇ ਹੋ ਮਨ ਕਰਕੇ ਵੀ ਬੈਠਣਾ ਹੈ, ਭਾਵੇਂ ਥੋੜ੍ਹੀ ਦੇਰ ਬੈਠੋ ਮਨ ਕਰਕੇ। ਨਵਾਬ ਨੇ ਕਹਿ ਦਿੱਤਾ ਗੁਰੂ ਨਾਨਕ ਸਾਹਿਬ ਨੂੰ, ਮਹਾਰਾਜ ਮੈਂ ਸੁਣਿਆ ਹੈ ਆਪ ਜੀ ਸੁਲਤਾਨਪੁਰ ਨੂੰ ਛੱਡ ਕੇ ਜਾ ਰਹੇ ਹੋ, ਮੈਂ ਸੁਣਿਆ, ਪਰ ਇਤਨੀ ਅਰਜ਼ ਹੈ ਇਹ ਰਾਜ ਆਪ ਜੀ ਦੇ ਚਰਨਾਂ ਵਿੱਚ ਸਮਰਪਿਤ ਹੈ, ਮੈਨੂੰ ਦੋ ਸਮੇਂ ਦੀ ਰੋਟੀ ਚਾਹੀਦੀ ਹੈ ਰਾਜ ਤੁਹਾਡੇ ਹਵਾਲੇ। ਨਵਾਬ ਕਹਿੰਦਾ ਹੈ ਪਰ ਆਪ ਜੀ ਨੇ ਜਾਣਾ ਨਹੀਂ ਇੱਥੋਂ। ਸਤਿਗੁਰੂ ਜੀ ਕਹਿੰਦੇ ਨੇ, ਨਵਾਬ ਦੌਲਤ ਖਾਂ, ਮੈਂ ਫਿਰ ਅਰਜ਼ ਕਰ ਦੇਵਾਂ, ਰਾਏ ਬੁਲਾਰ ਦਾ ਇਹ ਜਵਾਈ ਸੀ ਅਤੇ ਆਪ ਜੀ ਕਹਿੰਦੇ ਨੇ, ਨਵਾਬ ਜੀ ਜਿਸ ਕਾਰਜ ਲਈ ਅਸੀਂ ਆਏ ਹਾਂ ਉਹ ਕਾਰਜ ਪੂਰਾ ਕਰਨਾ ਹੈ, ਜਿਸ ਕਾਰਜ ਲਈ ਆਏ। ਅਤੇ ਨਵਾਬ ਕਹਿੰਦਾ ਹੈ ਫਿਰ ਮਹਾਰਾਜ ਇੱਕ ਗੱਲ ਦੱਸੋ, ਜਦੋਂ ਧਿਆਨ ਜੋੜਨਾ ਹੋਵੇ ਤਾਂ ਕਿਸ ਤਰ੍ਹਾਂ ਜੋੜੀਏ? ਸਤਿਗੁਰੂ ਜੀ ਕਹਿੰਦੇ ਨੇ, ਇਹ ਗੱਲ ਚੇਤੇ ਰੱਖਣਾ ਕਿ ਜਦੋਂ ਵੀ ਧਿਆਨ ਬਾਹਰ ਜਾਂਦਾ ਹੋਵੇ ਤਾਂ ਉਸੇ ਵੇਲੇ ਸਤਰਕ ਰਹਿਣਾ, ਜਿਸ ਨੂੰ ਕਹਿੰਦੇ ਨੇ ਅਵੇਅਰਨੈਸ, ਜਾਗਰਤ ਹੋਸ਼ ਵਿੱਚ ਬੈਠਣਾ। ਆਪ ਜੀ ਕਥਾ ਸੁਣ ਰਹੇ ਹੋ, ਜੇ ਆਪ ਜੀ ਦਾ ਮਨ ਬਾਹਰ ਚਲਾ ਗਿਆ, ਹੋਸ਼ ਵਿੱਚ ਬੈਠੇ ਹੋ, ਤਾਂ ਉਸ ਵਿਚਾਰ ਨੂੰ ਆਪ ਜੀ ਮੋੜ ਕੇ ਲਿਆ ਸਕਦੇ ਹੋ ਕਿ ਨਹੀਂ? ਪਰ ਨੇ ਕਈ ਵਾਰ ਕੀ ਹੁੰਦਾ, ਅਸੀਂ ਵੀ ਵਿਚਾਰਾਂ ਦੇ ਨਾਲ ਹੀ ਤੁਰ ਪੈਂਦੇ ਹਾਂ ਅਤੇ ਸਫ਼ਰ ਕਰਦੀਆਂ ਕਰਦੀਆਂ ਮਨ ਉਦੋਂ ਵਾਪਸ ਆਉਂਦਾ ਹੈ ਜਦੋਂ ਕਥਾ ਦੀ ਸਮਾਪਤੀ ਹੋ ਜਾਂਦੀ ਹੈ। ਗੁਸਤਾਖੀ ਮਾਫ, ਐਸਾ ਨਹੀਂ ਕਰਨਾ। ਨਵਾਬ ਦੌਲਤ ਖਾਂ ਨੂੰ ਕਹਿ ਰਹੇ ਨੇ, ਧਿਆਨ ਨੂੰ ਵਾਰ ਵਾਰ ਟਿਕਾਣਾ, ਧਿਆਨ ਨੂੰ ਵਾਰ ਵਾਰ ਜੋੜਨਾ, ਅਤੇ ਜਦੋਂ ਆਪ ਜੀ ਉੱਥੋਂ ਸੁਲਤਾਨਪੁਰ ਤੋਂ ਜਦੋਂ ਤੁਰਦੇ ਨੇ, ਲਾਹੌਰ ਵਿੱਚ ਆਉਂਦੇ ਨੇ, ਉਪਦੇਸ਼ ਕਰਦੇ ਨੇ ਕਿਸ ਨੂੰ? ਦੁਨੀ ਚੰਦ ਨੂੰ। ਅਤੇ ਆਪ ਜੀ ਦੇ ਪਾਵਨ ਬੋਲ ਹਨ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਇਹ ਆਪ ਜੀ ਦੇ ਬੋਲ ਹਨ। ਫਿਰ ਇਸ ਤੋਂ ਬਾਅਦ ਗੁਰੂ ਅਮਰਦਾਸ ਨੇ ਇਸ ਪੰਕਤੀ ਨੂੰ ਇਸ ਤਰ੍ਹਾਂ ਉਚਾਰਨ ਕੀਤਾ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਮੈਂ ਉਹ ਵੀ ਅਰਜ਼ ਕਰਨਾ ਕਿ ਇਸ ਪੰਕਤੀ ਦਾ ਕੀ ਮਾਇਨਾ ਹੈ। ਲਾਹੌਰ ਸ਼ਬਦ ਤੋਂ ਮਾਇਨਾ ਨਿਕਲਦਾ ਹੈ ਖੁਦਾ ਦਾ ਵਸਾਇਆ ਹੋਇਆ ਸ਼ਹਿਰ, ਲਾਹੌਰ ਤੋਂ ਮੁਰਾਦ ਹੈ। ਜਿਵੇਂ ਕਹਿ ਦਿੰਦੇ ਨੇ ਇਹ ਹਿੰਦੁਸਤਾਨ, ਉਹ ਅਸਥਾਨ ਜਿੱਥੇ ਕਿਸੇ ਜ਼ਮਾਨੇ ਦੇ ਵਿੱਚ ਸਿੰਧੂ ਨਦੀ ਵਹਿੰਦੀ ਸੀ, ਨਾਮ ਪੈ ਗਿਆ ਹਿੰਦੁਸਤਾਨ। ਉਹ ਅਸਥਾਨ ਜਿਸਨੂੰ ਉਹ ਕਹਿੰਦੇ ਨੇ ਬਿਲਕੁਲ ਪਾਕ ਹੈ, ਸਾਫ਼ ਸੁਥਰਾ ਹੈ, ਉਸਨੂੰ ਕਹਿ ਦਿੰਦੇ ਨੇ ਪਾਕ ਅਸਥਾਨ, ਜੋ ਪਾਕ ਹੈ। ਤਾਂ ਹਰ ਇੱਕ ਸ਼ਬਦ ਦਾ ਮਾਇਨਾ ਹੈ ਲਾਹੌਰ, ਜੋ ਖੁਦਾ ਨੇ ਵਸਾਇਆ। ਤਾਂ ਉੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਲਾਹੌਰ ਸ਼ਹਿਰ
ਜ਼ਹਿਰ ਜੋ ਖੁਦਾ ਦਾ ਸ਼ਹਿਰ ਹੈ ਉਸ ਦੇ ਵਿੱਚ ਰਹਿਣ ਵਾਲੇ ਲੋਕ ਜਿਨ੍ਹਾਂ ਦੇ ਮਨ ਵਿੱਚ ਜ਼ਹਿਰ ਹੈ। ਜ਼ਹਿਰ ਤੋਂ ਮੁਰਾਦ ਨਫ਼ਰਤ, ਨਫ਼ਰਤ ਨਹੀਂ ਹੋਣੀ ਚਾਹੀਦੀ। ਫਿਰ ਅਗਾਂਹ ਚੱਲ ਕੇ ਕਹਿੰਦੇ ਨੇ ਕਿ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦਾ ਜਾਪ ਕਰਨਾ, ਪਰ ਉਹ ਜਾਪ ਤਾਂ ਕਿਤੇ ਦੂਰ ਰਿਹਾ। ਕਹਿਰ ਸਵਾ ਪਹਿਰ, ਜਿੱਥੇ ਉੱਠ ਕੇ ਪ੍ਰਭੂ ਦੇ ਗੀਤ ਗਾਉਣੇ ਨੇ ਉੱਥੇ ਕਹਿਰ ਹੋ ਰਿਹਾ ਹੈ, ਕਤਲੇਆਮ ਹੋ ਰਿਹਾ ਹੈ, ਜਾਨਵਰ ਪਸ਼ੂ ਉਹਨਾਂ ਦਾ ਕਤਲ ਹੋ ਰਿਹਾ ਹੈ। ਜਦੋਂ ਧੰਨ ਗੁਰੂ ਅਮਰਦਾਸ ਸਾਹਿਬ ਦੀ ਵਾਰੀ ਆਈ ਤਾਂ ਆਪ ਜੀ ਨੇ ਕਹਿ ਦਿੱਤਾ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਉਹ ਲਾਹੌਰ ਸ਼ਹਿਰ ਜੋ ਕਦੇ ਜ਼ਹਿਰ ਦੇ ਨਾਲ ਭਰਿਆ ਸੀ, ਕਦੇ ਕਹਿਰ ਵਰਤਦਾ ਸੀ, ਅੱਜ ਉਹੀ ਲਾਹੌਰ ਸ਼ਹਿਰ ਅੰਮ੍ਰਿਤ ਦਾ ਸੋਮਾ ਬਣ ਗਿਆ, ਅੱਜ ਉਹੀ ਲਾਹੌਰ ਸ਼ਹਿਰ ਸਿਫਤੀ ਦਾ ਘਰ ਬਣ ਗਿਆ। ਕਿਉਂ? ਕਿਉਂਕਿ ਉੱਥੇ ਧੰਨ ਗੁਰੂ ਰਾਮਦਾਸ ਸਤਿਗੁਰੂ ਦਾ ਆਗਮਨ ਹੋਇਆ। ਇਸ ਕਰਕੇ ਤਾਂ ਉੱਥੇ ਗੁਰੂ ਨਾਨਕ ਸਾਹਿਬ ਜੀ ਦੁਨੀ ਚੰਦ ਨੂੰ ਪੁੱਛਦੇ ਨੇ, ਜੋ ਮੁਲਾਕਾਤ ਆਉਂਦੀ ਹੈ, ਮਹਾਰਾਜ ਮੇਰੇ ਘਰ ਚੱਲੋ। ਸਤਿਗੁਰੂ ਜੀ ਪੁੱਛਦੇ ਨੇ, ਆਪ ਜੀ ਨੇ ਆਪਣੇ ਘਰ ਦੇ ਸਾਹਮਣੇ ਜਿਹੜੇ ਸੱਤ ਨਿਸ਼ਾਨ ਫਹਿਰਾਏ ਨੇ, ਇਸ ਦਾ ਕੀ ਮਕਸਦ ਹੈ? ਦੁਨੀ ਚੰਦ ਦਾ ਨੌਕਰ ਕਹਿੰਦਾ ਹੈ, ਮਹਾਰਾਜ ਦੁਨੀ ਚੰਦ ਦੇ ਕੋਲ 7 ਲੱਖ ਰੁਪਏ ਦੀ ਰਾਸ਼ੀ ਹੈ, ਔਰ ਉਸ ਜ਼ਮਾਨੇ ਵਿੱਚ ਜਦੋਂ ਕਿਸੇ ਦੇ ਕੋਲ 1 ਲੱਖ ਆਉਂਦਾ ਸੀ ਤਾਂ ਇੱਕ ਨਿਸ਼ਾਨ ਲਗਾ ਦਿੰਦੇ ਸੀ ਕਿ ਇਸ ਮਨੁੱਖ ਦੇ ਕੋਲ 1 ਲੱਖ ਹੈ। ਜਿਹਦੇ ਕੋਲ 2 ਲੱਖ ਆਉਂਦੇ ਸੀ, 2 ਨਿਸ਼ਾਨ ਲਗਾਉਂਦੇ ਸੀ ਕਿ 2 ਲੱਖ ਦਾ ਮਾਲਕ ਹੈ। ਦੁਨੀ ਚੰਦ 7 ਲੱਖ ਦਾ ਮਾਲਕ ਸੀ। ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਤੇਰੇ ਕੋਲ ਇਤਨੀ ਦੌਲਤ ਹੈ ਤਾਂ ਫਿਰ ਇੱਕ ਕੰਮ ਕਰ, 1 ਸੋਈ ਵੀ ਮੇਰੇ ਆਪਣੇ ਕੋਲ ਰੱਖ ਲੈ, ਔਰ ਇਹ ਸੋਈ ਮੈਂ ਆਪ ਜੀ ਤੋਂ ਇਲਾਹੀ ਦਰਗਾਹ ਵਿੱਚ ਲਵਾਂਗਾ। ਇਲਾਹੀ ਦਰਗਾਹ ਵਿੱਚ ਦੁਨੀ ਚੰਦ ਕਹਿੰਦਾ ਹੈ ਆਪਣੀ ਪਤਨੀ ਨੂੰ ਕਿ ਗੁਰੂ ਨਾਨਕ ਸਾਹਿਬ ਨੇ ਇਹ ਸੋਈ ਦਿੱਤੀ ਹੈ ਅਤੇ ਇਸ ਨੂੰ ਮੈਂ ਕਿਸ ਤਰ੍ਹਾਂ ਲਿਜਾਵਾਂਗਾ, ਜਦੋਂ ਤਨ ਵੀ ਇੱਥੇ ਹੀ ਖਤਮ ਹੋ ਜਾਵੇਗਾ ਅਤੇ ਸੋਈ ਨੂੰ ਕਿਸ ਤਰ੍ਹਾਂ ਲਿਜਾਵਾਂਗਾ। ਤਾਂ ਦੁਨੀ ਚੰਦ ਦੀ ਪਤਨੀ ਕਹਿੰਦੀ ਹੈ, ਇਹ ਸੋਈ ਬੜੇ ਅਦਬ ਦੇ ਨਾਲ ਗੁਰੂ ਨਾਨਕ ਸਾਹਿਬ ਨੂੰ ਵਾਪਿਸ ਕਰਦੇ। ਕਹਿਣਾ, ਮਹਾਰਾਜ ਜਦੋਂ ਤਨ ਵੀ ਨਹੀਂ ਜਾ ਸਕਦਾ ਤਾਂ ਸੋਈ ਨੇ ਕਿੱਥੇ ਜਾਣਾ? ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਅਰਜ਼ ਕਰਦੇ ਨੇ ਕਿ ਸੋਈ ਕਿਸ ਤਰ੍ਹਾਂ ਜਾ ਸਕਦੀ ਹੈ, ਤਾਂ ਜਗਤ ਗੁਰੂ ਬਾਬਾ ਕਹਿੰਦੇ ਨੇ, ਫਿਰ ਇਹ ਜਿਹੜੇ 7 ਨਿਸ਼ਾਨ ਲਗਾਏ ਹੋਏ ਨੇ, ਇਹ ਇਤਨੀ ਦੌਲਤ ਤੂੰ ਕਿੱਥੇ ਲਿਜਾਏਗਾ? ਪਹਿਲਾਂ ਇਹ ਦੱਸ ਕਿੱਥੇ ਲਿਜਾਏਗਾ। ਕਹਿੰਦੇ ਨੇ ਦੁਨੀ ਚੰਦ ਦਾ ਸਿਰ ਝੁਕ ਗਿਆ। ਹੁਣ ਗੁਰੂ ਨਾਨਕ ਸਾਹਿਬ ਨੇ ਸੋਈ ਕਿਉਂ ਦਿੱਤੀ ਹੈ ਇਹ ਦੇਖਣਾ। ਕੰਕਰ ਪੱਥਰ ਵੀ ਦੇ ਸਕਦੇ ਸੀ, ਇਹ ਫਿਲਾਸਫੀਕਲ ਵਿਚਾਰਧਾਰ ਹੈ। ਸੋਈ ਦੇ ਜਿਹੜੇ 2 ਸਿਰੇ ਹਨ, ਇੱਕ ਤਰਫ ਹੈ ਨੋਕ ਔਰ ਇੱਕ ਤਰਫ ਹੈ ਜਿਸ ਵਿੱਚ ਧਾਗਾ ਪਾਉਂਦੇ ਨੇ। ਤੇ ਦਾਰਸ਼ਨਿਕ ਕੀ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਦਾ ਕੰਮ ਸੀ ਕਿਸੇ ਨੂੰ ਜਗਾਉਣਾ, ਅਤੇ ਸੂਈ ਦਾ ਜਿਹੜਾ 1 ਸਿਰਾ ਹੈ ਉਸ ਦੇ ਨਾਲ ਉਹ ਚੁਭੋ ਕੇ ਉਸਨੂੰ ਸ਼ਬਦਾਂ ਦੇ ਰਾਹੀਂ ਗੱਲ ਉਸਨੂੰ ਕਹਿ ਕੇ ਪਹਿਲਾਂ ਜਗਾਉਣਾ, ਜਗਾਉਣ ਤੋਂ ਬਾਅਦ ਫਿਰ ਕੀ ਕਰਨਾ, ਸੂਈ ਦਾ 2 ਸਿਰਾ ਹੈ ਜਿਹਦੇ ਵਿੱਚ ਧਾਗਾ ਪਾਉਂਦੇ ਹਾਂ, ਕਹਿੰਦੇ ਨੇ ਫਿਰ ਉਸਦੀ ਸਿਲਾਈ ਕਰਨੀ। ਪਹਿਲਾਂ ਉਸਨੂੰ ਜਗਾਉਣਾ, ਫਿਰ ਉਸਨੂੰ ਰੱਬ ਦੇ ਨਾਲ ਜੋੜਨਾ, ਰੂਹੇ ਜ਼ਮੀਨ 'ਤੇ ਬਹੁਤ ਸੰਤ ਆਏ, ਰੈਬਰ ਪੁਰਸ਼ ਆਏ, ਕਹਿੰਦੇ ਨੇ ਜਗਾਇਆ ਪਰ ਜੋੜਿਆ ਨਹੀਂ, ਜਗਾ ਕੇ ਚਲੇ ਗਏ। ਪਰ ਰੈਬਰ ਪੁਰਸ਼ਾਂ ਦੀ ਸ਼ਰੰਖਲਾ ਵਿੱਚ ਗੁਰੂ ਨਾਨਕ ਸਾਹਿਬ ਜੀ ਇੱਕ ਐਸੇ ਰੈਬਰ ਨੇ ਜਿਨ੍ਹਾਂ ਨੇ ਜਗਾਇਆ
ਅਤੇ ਫਿਰ ਜੋੜਿਆ ਦੁਨੀ ਚੰਦ ਨੂੰ ਜਗਾ ਦਿੱਤਾ ਕਿ ਕਿੱਥੇ ਲਿਜਾਏਗਾ ਇਤਨੀ ਦੌਲਤ। ਇਹ ਜਗਾਇਆ ਫਿਰ ਜੋੜਿਆ ਕਿਸ ਤਰ੍ਹਾਂ? ਕਹਿੰਦੇ ਨੇ ਪਹਿਲੀ ਧਰਮਸ਼ਾਲਾ ਦੁਨੀ ਚੰਦ ਦੇ ਘਰ ਵਿੱਚ ਬਣੀ, ਪਹਿਲੀ ਧਰਮਸ਼ਾਲਾ। ਹੁਣ ਧਰਮਸ਼ਾਲਾ ਕੀ ਹੈ? ਇੱਥੇ ਬੈਠ ਕੇ ਰੱਬ ਦੀ ਗੱਲ ਕਰਨੀ ਹੈ, ਰੱਬ ਦੀ ਗੱਲ ਸੁਣਨੀ ਹੈ, ਇਹ ਧਰਮਸ਼ਾਲਾ। ਜਿੱਥੇ ਆਪ ਜੀ ਬੈਠੇ ਹੋ ਇਹ ਵੀ ਧਰਮਸ਼ਾਲਾ, ਪਰ ਅੱਜ ਇਸ ਨੂੰ ਅਸੀਂ ਕਹਿੰਦੇ ਹਾਂ ਗੁਰਦੁਆਰਾ, ਪਰ ਪੁਰਾਤਨ ਨਾਮ ਧਰਮਸ਼ਾਲਾ ਸੀ। ਕਿ ਜਿੱਥੇ ਧਰਮ ਕਮਾਉਣਾ ਹੈ, ਜਿੱਥੇ ਧਰਮ ਦੀ ਗੱਲ ਕਰਨੀ ਹੈ, ਧਰਮਸ਼ਾਲ। ਔਰ ਭਾਈ ਗੁਰਦਾਸ ਜੀ ਆਪਣੀ ਰਚਨਾ ਵਿੱਚ ਕਹਿ ਰਹੇ ਨੇ ਕਿ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਵਾ। ਇੱਥੇ ਧਰਮ ਕਮਾਉਣਾ ਹੈ, ਧਰਮ ਦੀ ਗੱਲ ਕਰਨੀ। ਤਾਂ ਦੁਨੀ ਚੰਦ ਨੂੰ ਉਪਦੇਸ਼ ਕੀਤਾ। ਹੁਣ ਧਨ ਸੰਬੰਧ ਇਹ ਵੀ ਕਹਿੰਦੇ ਨੇ ਕਿ ਆਸਾ ਕੀ ਵਾਰ ਦੀਆਂ ਕੁਝ ਪੌੜੀਆਂ ਇੱਥੇ ਵੀ ਉਚਾਰਨ ਕੀਤੀਆਂ ਨੇ ਆਪ ਜੀ ਨੇ। ਜੋ ਆਪ ਜੀ ਹਰ ਰੋਜ਼ ਕੀਰਤਨ ਸੁਣਦੇ ਹੋ, ਆਸਾ ਕੀ ਵਾਰ, ਕੁਝ ਪੌੜੀਆਂ ਇੱਥੇ ਉਚਾਰਨ ਹੋਈਆਂ ਨੇ ਦੁਨੀ ਚੰਦ ਨੂੰ ਸਮਝਾਉਣ ਲਈ। ਜਿਵੇਂ ਆਪ ਜੀ ਦੇ ਬੋਲ ਨੇ ਗੁਰੂ ਨਾਨਕ ਸਾਹਿਬ ਦੇ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ, ਕੂੜ ਸੋਇਨਾ ਕੂੜ ਰੂਪਾ ਕੂੜ ਪੈਨਣ ਹਾਰ, ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ। ਇਹ ਸਭ ਕੁਛ ਗੱਲ ਕਹਿ ਕੇ ਅਖੀਰਲੀ ਪੰਕਤੀ ਵਿੱਚ ਕਹਿੰਦੇ ਨੇ, ਹੁਣ ਮੈਨੂੰ ਦੱਸੋ ਕਿਸ ਨਾਲ ਕੀਚੇ ਦੋਸਤੀ, ਸਭ ਜਗ ਚੱਲਣਾ। ਤਾਂ ਗੁਰੂ ਨਾਨਕ ਸਾਹਿਬ ਜੀ ਜਗਾ ਕੇ ਫਿਰ ਰੱਬ ਦੇ ਨਾਲ ਜੋੜ ਰਹੇ ਨੇ, ਸ਼ਬਦ ਦੇ ਨਾਲ ਜਗਾਉਂਦੇ ਨੇ ਅਤੇ ਸ਼ਬਦ ਦੇ ਨਾਲ ਹੀ ਜੋੜ ਰਹੇ ਨੇ ਸ਼ਬਦ ਦੇ ਨਾਲ। ਮੈਂ ਅਰਜ਼ ਕਰ ਰਿਹਾ ਸੀ ਸਿੱਧ ਗੋਸ਼ਟ ਦੇ ਵਿੱਚ ਜੋ ਸਵਾਲ ਕੀਤੇ ਸੀ ਸਿੱਧਾਂ ਨੇ ਰਾਤ ਦੇ ਦੀਵਾਨ ਵਿੱਚ, ਮੈਂ ਅਰਜ਼ ਕੀਤੀ ਸੀ, ਹੁਣ ਉਹਨਾਂ ਦਾ ਜਵਾਬ ਗੁਰੂ ਨਾਨਕ ਸਾਹਿਬ ਜੀ ਦੇ ਰਹੇ ਨੇ। ਪਹਿਲਾ ਸਵਾਲ ਸੀ ਉਹ ਪਰਿਪੂਰਨ ਪਰਮਾਤਮਾ ਕਿੱਥੇ ਵਸਦਾ ਹੈ? ਤੋ ਸਾਹਿਬ ਜੀ ਸਿੱਧਾਂ ਨੂੰ ਕਹਿ ਰਹੇ ਨੇ, ਸੋ ਸ਼ਬਦ ਕਉ ਨਿਰੰਤਰ ਵਾਸ ਅਲਖੰ ਜਹ ਦੇਖਾਂ ਤਹ ਸੋਈ। ਉਹ ਪਰਮਾਤਮਾ ਜਿਸ ਦਾ ਵਾਸ ਨਿਰੰਤਰ ਹੈ, ਨਿਰੰਤਰ ਤੋਂ ਮੁਰਾਦ ਕੰਟੀਨਿਊ, ਲਗਾਤਾਰ, ਇੱਕ ਰਸ। ਇਹ ਨਹੀਂ ਕਿ ਪਰਮਾਤਮਾ ਕੱਲ੍ਹ ਸੀ ਅੱਜ ਨਹੀਂ ਹੈ, ਪਰਮਾਤਮਾ ਅੱਜ ਹੈ ਕੱਲ ਨਹੀਂ ਹੋਵੇਗਾ, ਇਸ ਤਰ੍ਹਾਂ ਨਹੀਂ ਹੈ। ਨਿਰੰਤਰ, ਨਿਰਅੰਤਰ, ਲਗਾਤਾਰ। ਉਹ ਪਰਮਾਤਮਾ ਲਗਾਤਾਰ ਵਸ ਰਿਹਾ ਹੈ, ਕਿੱਥੇ ਵਸ ਰਿਹਾ ਹੈ? ਸਾਹਿਬ ਜੀ ਕਹਿੰਦੇ ਨੇ ਜਹੈਂ ਦੇਖਾ ਤਹ ਸੋਈ, ਜਿੱਥੇ ਦੇਖੋ ਉੱਥੇ ਉਹੀ ਬੈਠਾ ਹੈ, ਉਹੀ ਬੈਠਾ। ਔਰ ਮੈਂ ਅਰਜ਼ ਕਰਾਂ ਆਪ ਜੀ ਦੇ ਘਟ ਵਿੱਚ ਵੀ ਉਹੀ ਬੈਠਾ ਹੈ। ਹੋਰ ਗਹਿਰੇ ਤਲ 'ਤੇ ਜਾਈਏ ਤਾਂ ਉਹੀ ਸੁਣ ਰਿਹਾ ਹੈ, ਉਹੀ ਬੋਲ ਰਿਹਾ ਹੈ। ਔਰ ਗੁਰੂ ਨਾਨਕ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਆਪ ਜੀ ਕਹਿੰਦੇ ਨੇ ਆਪੇ ਮਾਛੀ ਮਛਲੀ ਆਪੇ ਪਾਣੀ ਜਾਲ, ਆਪੇ ਜਾਲ ਮੜਕੜਾਂ ਆਪੇ ਅੰਦਰ ਲਾਲ। ਸਭ ਕੁਛ ਤੂੰ ਹੈ, ਸਾਗਰ ਵੀ ਤੂੰ ਹੈ, ਮੱਛੀ ਵੀ ਤੂੰ ਹੈ, ਜਾਲ ਵੀ ਤੂੰ ਹੈ, ਚੀਵਰ ਵੀ ਤੂੰ ਹੈ, ਸਭ ਕੁਛ ਤੂੰ ਹੈ। ਪਰ ਇਹ ਅਵਸਥਾ ਦੀ ਗੱਲ ਹੈ, ਜਦੋਂ ਮਨੁੱਖ ਇੱਥੇ ਪਹੁੰਚ ਗਿਆ ਉੱਥੇ ਖਾਮੋਸ਼ ਹੋ ਗਿਆ, ਸ਼ਾਂਤ ਹੋ ਗਿਆ, ਫਿਰ ਤਰਕ ਵਿਤਰਕ ਦੀ ਦੁਨੀਆ 'ਚੋਂ ਬਾਹਰ ਚਲਾ ਗਿਆ। ਉਸ ਨੂੰ ਕਹਿੰਦੇ ਨੇ ਸਹਿਜ, ਸਹਿਜ। ਕਿਉਂਕਿ ਇੱਕ ਮਨੁੱਖ ਨੇ ਸਵਾਲ ਕੀਤਾ, ਗਿਆਨੀ ਜੀ ਸਭ ਕੁਛ ਉਸੇ ਦਾ ਹੈ, ਸਾਡਾ ਤਾਂ ਕੁਛ ਵੀ ਨਹੀਂ ਹੈ। ਜਦੋਂ ਇਤਨੀ ਗੱਲ ਉਸਨੇ ਕਹੀ ਸਭ ਕੁਛ ਉਸੇ ਦਾ ਹੈ, ਸਾਡਾ ਤਾਂ ਕੁਛ ਵੀ ਨਹੀਂ, ਤਾਂ ਉਸਨੂੰ ਮੈਂ ਅਰਜ਼ ਕੀਤੀ ਕਿ ਸਭ ਕੁਛ ਉਸਦਾ ਹੈ, ਸਾਡਾ ਕੁਛ ਨਹੀਂ ਹੈ, ਇਸ ਪੰਕਤੀ 'ਤੇ ਪਹਿਰਾ ਕਿਤਨਾ ਦਿੰਦੇ ਹੋ? ਕਹਿਣ ਲੱਗੇ 100%।
कि सब कुछ उसी दा है। गल बिल्कुल ठीक है। दूजे दिन फिर मुलाकात होंदी है, कहिंदा है ज्ञानी जी कुछ कहना है। कल कहा कि सब कुछ ओ है, सब कुछ ओ है, अज की कह रहा है मैं बड़ा दुखी हाँ अपनी पत्नी तो। जदों इतनी गल उसने कही तो मैं हंस पिया, भाई वो कल दी गल किथे गई जो तू कह रहा सी सब कुछ ओ ही है, साडा कुछ भी नहीं है, तो पत्नी कितों आ गई फिर? तो पैरा तो फिर ना होया। कहन लगे हाँ ये तो मैं भूल ही गया सी। भूलना नहीं है, सारी जिंदगी इसनों चेते रखना है कि सब कुछ तू है, सब कुछ तू। जदों मनुख कहिंदा सब कुछ तू है, गिला शिकवा खत्म हो गया, प्रभु तेरी मर्जी है, तेरी मर्जी। और एक मैं होर अर्ज करा, कई दफा ऐसे ख्याल आ जाते ने कि इतनी बंदगी करते हाँ, इतनी सेवा करते हाँ, तो कई दफा कोई संकट भी आ जाता है, कोई मुसीबत भी आ जाती है जिहड़ी कदे सोची नहीं सी, वह भी आ गई, इहदा कारण की है? तो इसनूं समझ लेना। भगत कबीर जी निरंकार की गल सुना रहे ने, भगत नामदेव जी रब की गल सुना रहे ने, जीवन विच संकट आ रहे ने। भगत प्रहलाद जी रब की गल सुना रहे ने पर फिर भी संकट आ रहे ने। तो गुरबाणी दे की बोलने कि भगत प्रहलाद दे पिछे निरंकार ने खुद ही हरनाकश लगाया ते खुद ही बचा रहा है, ये गुरबाणी दे विच दर्ज है। भगत कबीर बंदगी कर रहे ने पर उसनों कष्ट दे रहे ने, दुख दे रहे ने कबीर नूं प्रगट करन वास्ते। ते दूजी गल कि इत्थे भी कबीर साहिब दे दिल विच परमात्मा दे प्रति प्रेम होर पक्का हो रहा है, होर पक्का हो रहा। और आप जी ने तां कह दिता कि जदों मैनू बन के गंगा दे विच सुटिया, जंजीरां नाल बन के कबीर नूं गंगा विच सुट दिता, ते आप जी की कहिंदे ने कि गंगा दे विचों एक ऐसी लहर उपजदी है, एक ऐसी लहर पैदा होंदी है कि उस लहर दे नाल मेरी जंजीर टुट गई। गंगा की लहर मेरी टूटी जंजीर। ते इस तरह महसूस होया जिमें मृगशाला पर बैठे कबीर। हुण कबीर साहब कह रहे ने कि मन ना डिगे तन काहे को डरा है। जेड़ा मन है वह तो निरंकार दे नाल जुड़िया हुआ है, तुसी तन नूं डरा के की करोगे? कुछ भी नहीं, कुछ नहीं। मन प्रभु दे चरणां विच जुड़िया हुआ है, तन की कोई परवाह नहीं। तो सिद्धां ने जो सवाल किया कि परमात्मा दा निवास कित्थे, गुरु नानक साहब जी कहिंदे ने हर थां ते, हर थां ते, जर्रे जर्रे विच उही बैठा है, जर्रे जर्रे विच। सवाल किया सी जो असी साह लैने आ ते साडे शरीर चों साह निकल जांदे ने कितने? 10 उंगल। ते फिर साडा शरीर किस तरह चलदा है, जां ओ केड़ी ताकत है जिहड़ी ताकत इन्हां प्राणा नूं अपने वश विच रखदी है कि एक पॉइंट भी अगे नहीं जा सकदे? जेकर मैं इस तरह अर्ज करां, कंप्यूटर तां अज बणे ने पर निरंकार दे दर ते तां कंप्यूटर पहलां तों ही सी सब कुछ। जे सूरज ने 6 बजे उगना है तां 6 बजे ही उगना है समां दे मुताबिक, जे 6:30 बजे उगना है तां 6:30 बजे ही मुकरर है सब कुछ समां। जिवें असीं कह दिंदे आ कंप्यूटर दे नाल अपने आप यह कम चलदा रहेगा अपने आप। तो सिद्धां ने कहा यह जो प्राण चलते ने किन्हां दे सारे चलते ने, किहड़ी ताकत है? साहिब जी कहिंदे ने पवन का वासा सुन निवासा अकल कला धर सोई।
ਇਹ ਜਿਹੜੀ ਸਾਂਸ ਨੇ, ਜਿਹੜੀ ਪਵਨ ਹੈ, ਹਵਾ ਹੈ, ਇਹਨਾਂ ਦਾ ਸਾਰਾ ਉਹ ਸੁੰਨ ਹੈ ਪਰਮਾਤਮਾ। ਔਰ ਉਹ ਸੁੰਨ ਸਾਡੇ ਅੰਦਰ, ਸਾਡੇ ਸਰੀਰ ਵਿੱਚ ਬੈਠਾ ਹੋਇਆ ਹੈ। ਅਕਲ ਕਲਾ ਧਰ ਸੋਈ, ਜੋ ਹਰ ਇੱਕ ਦਾ ਧਰ ਹੈ, ਸਹਾਰਾ ਹੈ, ਆਸਰਾ ਹੈ। ਅਕਲ ਕਲਾ ਜਿਸ ਨੂੰ ਅਸੀਂ ਪਰਖ ਨਹੀਂ ਸਕਦੇ, ਮਾਪ ਤੋਲ ਨਹੀਂ ਕਰ ਸਕਦੇ, ਤੂੰ ਕਿਤਨਾ ਵੱਡਾ ਹੈ, ਤੂੰ ਕਿਤਨਾ ਡੂੰਘਾ ਹੈ, ਉਹ ਇਤਨਾ ਵਿਸ਼ਾਲ ਹੈ, ਅਪਾਰ ਕਲਾਵਾਂ ਦਾ ਮਾਲਕ ਹੈ। ਹੁਣ ਐਸਾ ਪ੍ਰਭੂ, ਐਸਾ ਸ਼ਬਦ ਕਿਸ ਤਰ੍ਹਾਂ ਵਸੇਗਾ ਦਿਲ ਵਿੱਚ? ਕਿਉਂਕਿ ਖੇਡ ਸਾਰੀ ਇਹੀ ਹੈ, ਅਸੀਂ ਕਹਿੰਦੇ ਹਾਂ ਦਿਲ ਵਿੱਚ ਕਿਸ ਤਰ੍ਹਾਂ ਵਸੇਗਾ, ਕਿਸ ਤਰ੍ਹਾਂ। ਤੋ ਇੱਕ ਗੱਲ ਚੇਤੇ ਰੱਖ ਲੈਣਾ, ਇੱਕ ਦਫਾ ਇੱਕ ਮਹਾਂਪੁਰਸ਼ ਨੂੰ ਕਹਿ ਦਿੱਤਾ, ਮਹਾਰਾਜ ਆਪ ਜੀ ਦੀ ਕਥਾ ਬਹੁਤ ਪਿਆਰੀ ਲੱਗਦੀ ਹੈ, ਬਹੁਤ ਪਿਆਰੀ, ਔਰ ਇਤਨੀ ਕਿਰਪਾ ਕਰਨੀ ਕਿ ਇਹ ਕਥਾ ਚੱਲਦੀ ਰਹੇ, ਅਸੀਂ ਸੁਣਦੇ ਹੀ ਰਹੀਏ, ਚੱਲਦੀ ਰਹੇ। ਮਹਾਂਪੁਰਸ਼ਾਂ ਨੇ ਕਿਹਾ ਇੱਕ ਗੱਲ ਚੇਤੇ ਰੱਖਣਾ, ਹਰ ਰੋਜ਼ ਜਦੋਂ ਵੀ ਕਥਾ ਸੁਣਨ ਵਾਸਤੇ ਬੈਠਣਾ, ਇਹ ਸਮਝਣਾ ਕਿ ਅੱਜ ਅਖੀਰਲੀ ਕਥਾ ਹੈ। ਔਰ ਇਤਨੇ ਪੂਰਨਤਾ ਦੇ ਨਾਲ ਸੁਣਨਾ ਕਿ ਉਸ ਕਥਾ ਦੇ ਵਿੱਚ, ਉਸ ਕੀਰਤਨ ਦੇ ਵਿੱਚ, ਗੁਰਬਾਣੀ ਦੇ ਬੋਲਾਂ ਦੇ ਵਿੱਚ ਇੱਕ ਮਿਕ ਹੋ ਜਾਣਾ, ਇਤਨੇ ਮਸਤ ਹੋ ਜਾਣਾ ਕਿ ਇਹ ਅੱਜ ਅਖੀਰਲੀ ਕਥਾ, ਅੱਜ ਅਖੀਰਲਾ ਕੀਰਤਨ ਹੈ ਸਾਡੇ ਜੀਵਨ ਦਾ, ਇਹ ਅਖੀਰਲੀ ਸੰਗਤ ਹੈ ਸਾਡੇ ਜੀਵਨ ਦੀ। ਹੁਣ ਆਪ ਜੀ ਨੇ ਕਹਿਣਾ ਹੈ, ਗਿਆਨੀ ਜੀ ਇਸ ਤਰ੍ਹਾਂ ਕਿਉਂ ਹੋ ਸਕਦਾ ਹੈ ਸਾਡੇ ਜੀਵਨ ਦੀ ਅਖੀਰਲੀ ਕਥਾ ਹੋਵੇ? ਜੇਕਰ ਇਹ ਸੋਚਦੇ ਰਹੇ ਕਿ ਕੱਲ੍ਹ ਫਿਰ ਸੁਣਾਂਗੇ, ਸ਼ਾਮ ਨੂੰ ਫਿਰ ਸੁਣਾਂਗੇ, ਕਹਿੰਦੇ ਨੇ ਫਿਰ ਜੀਵਨ ਨਹੀਂ ਬਣਾ ਪਾਵਾਂਗੇ, ਨਹੀਂ ਅੱਜ ਹੀ, ਅੱਜ ਹੁਣੇ ਹੀ। ਹੋ ਸਕਦਾ ਹੈ ਕਿ ਜਿਸ ਦੀ ਕਥਾ ਆਪ ਜੀ ਸੁਣ ਰਹੇ ਹੋ, ਉਹ ਕਥਾਵਾਚਕ ਹੀ ਦੁਨੀਆ ਤੋਂ ਰੁਖਸਤ ਕਰ ਜਾਏ, ਕੋਈ ਪਤਾ ਨਹੀਂ। ਕਿਉਂਕਿ ਕੱਲ੍ਹ ਮੈਨੂੰ ਚੇਤੇ ਆ ਗਈ, ਮੈਂ ਅਰਜ ਕਰਾਂ, ਜਦੋਂ ਲਾਵਾਂ ਦੀ ਕਥਾ ਸੰਪੂਰਨ ਹੋਈ ਤਾਂ ਮਸ਼ਕੀਨ ਜੀ ਨੇ ਕਹਿ ਦਿੱਤਾ ਕਿ ਜਿਤਨੀ ਸੋਚ ਸ਼ਕਤੀ ਮੇਰੇ ਵਿੱਚ ਸੀ ਉਹ ਖਤਮ ਹੋ ਗਈ। ਲਾਵਾਂ ਦੀ ਕਥਾ ਤਾਂ ਖਤਮ ਨਹੀਂ ਹੋ ਸਕਦੀ, ਕਿਉਂਕਿ ਬਾਣੀ ਤਾਂ ਅਥਾ ਸਾਗਰ ਹੈ, ਉਸ ਦੀ ਜਿਤਨੀ ਵਿਚਾਰ ਕਰੀਏ ਉਤਨੀ ਥੋੜ੍ਹੀ ਹੈ, ਪਰ ਜਿਤਨੀ ਸੋਚ ਸ਼ਕਤੀ ਮੇਰੇ ਵਿੱਚ ਸੀ ਉਹ ਅੱਜ ਖਤਮ ਹੋ ਗਈ, ਜਿਤਨੀ ਕੁਛ ਸੀ ਮੈਂ ਕਹਿ ਦਿੱਤੀ। ਕਹਿੰਦੇ ਨੇ ਉਸੇ ਦਿਨ ਉਹ ਪੂਰੇ ਹੁੰਦੇ ਨੇ। ਮੈਂ ਅਰਜ ਕਰ ਰਿਹਾ ਸੀ, ਕੀ ਪਤਾ ਸੁਣਨ ਵਾਲਾ ਰੁਖਸਤ ਕਰ ਜਾਵੇ, ਕੀ ਪਤਾ ਕਥਾ ਕਰਨ ਵਾਲਾ ਰੁਖਸਤ ਕਰ ਜਾਵੇ, ਕੋਈ ਪਤਾ ਨਹੀਂ। ਇਸ ਕਰਕੇ ਜਦੋਂ ਵੀ ਸੰਗਤ ਵਿੱਚ ਬੈਠੋ, ਪੂਰਨਤਾ ਦੇ ਤੌਰ 'ਤੇ ਬੈਠੋ ਕਿ ਬਸ ਅੱਜ ਦੀ ਘੜੀ ਮਿਲੀ ਹੈ, ਜੇ ਸ਼ਾਮ ਦੀ ਘੜੀ ਮਿਲ ਜਾਏ ਫਿਰ ਸ਼ੁਕਰਾਨਾ ਕਰ ਦੇਣਾ ਪ੍ਰਭੂ ਦਾ, ਤੇਰਾ ਸ਼ੁਕਰ ਹੈ। ਜੇ ਨਵਾਂ ਸੂਰਜ ਫਿਰ ਵੇਖ ਲਈਏ, ਪ੍ਰਭੂ ਨੂੰ ਕਹਿਣਾ ਹੈ ਪ੍ਰਭੂ ਤੇਰਾ ਕੋਟਾਨ ਕੋਟ ਧੰਨਵਾਦ, ਇਹ ਨਵਾਂ ਸੂਰਜ ਹੋਰ ਦਿਖਾ ਦਿੱਤਾ ਅੱਜ, ਨਹੀਂ ਤਾਂ ਗੱਲ ਰਾਤ ਨੂੰ ਵੀ ਸਮਾਪਤ ਹੋ ਸਕਦੀ ਸੀ, ਪਰ ਨਹੀਂ, ਤੇਰਾ ਸ਼ੁਕਰ ਹੈ, ਤੇਰਾ ਧੰਨਵਾਦ ਹੈ ਹਰ ਕਦਮ 'ਤੇ ਧੰਨਵਾਦ, ਇਹ ਧੰਨਵਾਦ ਹੀ ਆਪ ਜੀ ਦੀ ਬੰਦਗੀ ਬਣ ਜਾਏਗੀ, ਬੰਦਗੀ। ਤੋ ਸਵਾਲ ਕੀਤਾ ਸੀ ਇਹ ਸ਼ਬਦ ਕਿਸ ਤਰ੍ਹਾਂ ਵਸੇਗਾ? ਜਗਤ ਗੁਰੂ ਬਾਬਾ ਕਹਿੰਦੇ ਨੇ, ਨਦਰ ਕਰੇ ਸ਼ਬਦ ਘਟ ਮਹਿ ਵਸੈ ਵਿੱਚੋਂ ਭਰਮ ਗਵਾਏ। ਜਦੋਂ ਸ਼ਬਦ ਵਸਦਾ ਹੈ ਉਹਦੀ ਨਦਰ ਹੁੰਦੀ ਹੈ, ਭਰਮ ਵਹਿਮ ਖਤਮ ਹੋ ਜਾਂਦੇ ਨੇ। ਅਸੀਂ ਕਈ ਦਫ਼ਾ ਵਹਿਮ ਕਰਦੇ ਹਾਂ, ਭਰਮ ਕਰਦੇ ਹਾਂ ਕਿ ਅੱਜ ਮੰਗਲਵਾਰ ਹੈ ਇਹ ਕੰਮ ਨਹੀਂ ਕਰਨਾ, ਅੱਜ ਸ਼ਨੀਵਾਰ ਹੈ ਇਹ ਕੰਮ ਨਹੀਂ ਕਰਨਾ, ਮਨੁੱਖ ਕਹਿ ਦਿੰਦਾ। ਪਰ ਗੁਰੂ ਸਾਹਿਬ ਨੇ ਕਹਿ ਦਿੱਤਾ ਕਿ ਇਹਨਾਂ ਤੋਂ ਬਹੁਤ ਉੱਚੇ ਉੱਠਣਾ ਹੈ, ਬਹੁਤ ਉੱਚੇ ਉੱਠਣਾ। ਮੈਂ ਇੱਥੇ ਇੱਕ ਅਰਜ਼ ਕਰਾਂ, ਇੱਕ ਜੋਤਿਸ਼ੀ ਕਹਿੰਦਾ ਹੈ ਮਨੁੱਖ ਨੂੰ ਕਿ ਤੇਰੇ 'ਤੇ ਸ਼ਨੀ ਬਹੁਤ ਹਾਵੀ ਹੈ। ਗੁਰਮਤ ਨਹੀਂ ਮੰਨਦੀ ਇਸ ਨੂੰ,
ਤੇ ਉਹ ਜੋਤਿਸ਼ੀ ਕਹਿੰਦਾ ਸ਼ਨੀ ਹਾਵੀ ਹੈ ਤੇ ਮਨੁੱਖ ਕਹਿੰਦਾ ਫਿਰ ਮੈਂ ਕੀ ਕਰਾਂ। ਕਹਿਣ ਲੱਗੇ ਕੁਝ ਪੂਜਾ ਕਰਨੀ ਪੈ ਗਈ, 5,000 ਰੁਪਏ ਚਾਹੀਦੇ ਨੇ। ਉਹ ਕਹਿੰਦਾ ਤੂੰ 5,000 ਦੀ ਗੱਲ ਕਰਦਾ, ਮੇਰੇ ਕੋਲ ਤਾਂ 5,000 ਰੁਪਏ ਵੀ ਨਹੀਂ ਨੇ। ਤੇ ਜੋਤਿਸ਼ੀ ਕਹਿੰਦਾ ਜੀ 50 ਵੀ ਨਹੀਂ ਨੇ ਤਾਂ ਕਿਤਨੇ ਨੇ? ਉਹ ਕਹਿੰਦਾ ਹੈ ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈ। ਜੋਤਿਸ਼ੀ ਕਹਿੰਦਾ ਹੈ 21 ਰੁਪਏ ਤਾਂ ਹੋਣਗੇ। ਉਹ ਕਹਿੰਦਾ ਕੁਝ ਵੀ ਨਹੀਂ ਹੈ। ਕਹਿੰਦੇ ਨੇ 11 ਤਾਂ ਹੋਣਗੇ। ਮਨੁੱਖ ਕਹਿੰਦਾ ਕੁਛ ਵੀ ਨਹੀਂ ਹੈ, ਮੇਰੇ ਕੋਲ ਇੱਕ ਪੈਸਾ ਵੀ ਨਹੀਂ ਹੈ। ਜੋਤਿਸ਼ੀ ਕਹਿੰਦਾ ਫਿਰ ਤੂੰ ਜਾ, ਸ਼ਨੀ ਤਾਂ ਕੀ, ਸ਼ਨੀ ਦਾ ਪਿਓ ਵੀ ਤੇਰਾ ਕੁਛ ਨਹੀਂ ਵਿਗਾੜੇਗਾ। ਜਦੋਂ ਤੇਰੇ ਕੋਲ ਹੈ ਹੀ ਕੁਛ ਨਹੀਂ ਤੇਰਾ ਕੀ ਵਿਗਾੜੇਗਾ। ਖੈਰ ਕਹਿਣ ਤੋਂ ਮੁਰਾਦ ਪਰਮਾਂ ਵਹਿਮਾਂ ਤੋਂ ਬਹੁਤ ਉੱਚਾ ਉੱਠਣਾ ਹੈ, ਬਹੁਤ ਉੱਚਾ। ਸਤਿਗੁਰੂ ਜੀ ਕਹਿੰਦੇ ਨੇ ਨਦਰ ਕਰੇ ਸ਼ਬਦ ਘਟ ਮੈਂ ਵਸੈ ਵਿੱਚੋਂ ਭਰਮ ਗਵਾਏ ਤਨ ਮਨ ਨਿਰਮਲ ਨਿਰਮਲ ਬਾਣੀ ਨਾਮੋ ਮਨ ਵਸਾਏ। ਤਨ ਵੀ ਨਿਰਮਲ, ਮਨ ਵੀ ਨਿਰਮਲ ਤੇ ਮਨੁੱਖ ਦੀ ਬਾਣੀ ਵੀ ਨਿਰਮਲ। ਤਨ ਕਰਕੇ ਨਿਰਮਲਤਾ ਤੋਂ ਮੁਰਾਦ ਹੈ ਕਿ ਤਨ ਕਰਕੇ ਸੇਵਾ ਕਰਨਾ, ਤਨ ਕਰਕੇ ਹਲੀਮੀ, ਤਨ ਕਰਕੇ ਜੋਗਣਾ। ਮਨ ਕਰਕੇ ਨਿਰਮਲਤਾ ਤੋਂ ਮੁਰਾਦ ਹੈ ਮਨ ਕਰਕੇ ਕਦੇ ਗਲਤ ਨਾ ਸੋਚਣਾ। ਬਾਣੀ ਕਰਕੇ ਨਿਰਮਲਤਾ ਤੋਂ ਮੁਰਾਦ ਹੈ ਕਿ ਬਾਣੀ ਐਸੀ ਬੋਲਣਾ, ਇਤਨੀ ਮਿੱਠੀ ਬਾਣੀ ਬੋਲਣਾ ਕਿ ਜਿਹੜਾ ਵੀ ਮਨੁੱਖ ਬਾਣੀ ਸੁਣੇ ਇੱਕ ਦਫਾ ਠਹਿਰ ਜਾਏ, ਠਹਿਰ ਜਾਏ। ਇਹ ਤਿੰਨ ਤੱਤ ਨੇ ਭਗਤੀ ਦੇ, ਮਨ ਬਚਨ ਕਰਮ। ਜਦੋਂ ਤਿੰਨਾਂ ਦਾ ਜੋੜ ਆਉਂਦਾ ਹੈ, ਤਨ ਕਰਕੇ ਸੇਵਾ ਕਰ ਰਿਹਾ, ਮਨ ਕਰਕੇ ਨਿਮਰਤਾ ਹੈ ਔਰ ਰਸਨਾ ਕਰਕੇ ਮਿਠਾਸ ਹੈ, ਤਾਂ ਇਹ ਤਾਂ ਪ੍ਰਭੂ ਦੀ ਭਗਤੀ ਦਾ ਖਜ਼ਾਨਾ ਇਕੱਠਾ ਕਰ ਰਿਹਾ। ਸ਼ਬਦ ਗੁਰੂ ਭਵ ਸਾਗਰ ਤਰੀਐ ਇਤ ਉਤ ਏਕੋ ਜਾਣੇ। ਸ਼ਬਦ ਗੁਰੂ ਗਿਆਨ, ਜਿਵੇਂ ਜਿਵੇਂ ਗਿਆਨ ਨੂੰ ਆਪਣੇ ਹਿਰਦੇ ਵਿੱਚ ਵਸਾਵਾਂਗੇ ਭਵ ਸਾਗਰ ਤੋਂ ਪਾਰ ਹੋ ਜਾਵਾਂਗੇ। ਅਤੇ ਅੱਜ ਸਵਾਲ ਕੀਤਾ ਕਿਸੇ ਨੇ ਕਿ ਭਵ ਸਾਗਰ ਤੋਂ ਪਾਰ ਹੋ ਕੇ ਕਿੱਥੇ ਜਾਣਾ ਹੈ, ਔਰ ਜੇ ਡੁੱਬ ਗਏ ਤਾਂ ਕਿੱਥੇ ਜਾਣਾ? ਹੁਣ ਸਮਝਣਾ, ਜੇ ਭਵ ਸਾਗਰ ਤੋਂ ਪਾਰ ਹੋ ਗਏ ਤਾਂ ਫਿਰ ਜਨਮ ਮਰਨ ਤੋਂ ਰਹਿਤ ਹੋ ਗਏ, ਫਿਰ ਜਨਮ ਤੇ ਮਰਨਾ ਹੀ ਹੋਵੇਗਾ। ਜੇ ਭਵ ਸਾਗਰ ਦੇ ਵਿੱਚ ਡੁੱਬ ਗਏ ਤਾਂ ਫਿਰ, ਤਾਂ ਇਸ ਨੂੰ ਇਸ ਤਰ੍ਹਾਂ ਸਮਝ ਲੈਣਾ ਕਿ ਕੋਈ ਧਰਮਸ਼ਾਲਾ ਅਸੀਂ ਛੱਡ ਕੇ ਗਏ, ਕੋਈ ਦੂਜਾ ਮੁਸਾਫਿਰ ਆ ਕੇ ਉਸ ਧਰਮਸ਼ਾਲਾ ਵਿੱਚ ਰਹਿੰਦਾ ਹੈ। ਜੋ ਮਕਾਨ ਜੋ ਬੰਗਲਾ ਅਸੀਂ ਛੱਡ ਕੇ ਗਏ, ਫਿਰ ਕੋਈ ਦੂਜੀ ਰੂਹ ਸਰੀਰ ਧਾਰਨ ਕਰਕੇ ਉਸ ਘਰ ਵਿੱਚ ਆ ਜਾਵੇਗੀ। ਕੋਈ ਬੇਟਾ ਬਣ ਕੇ ਆ ਗਿਆ, ਕੋਈ ਪੋਤਰਾ ਬਣ ਕੇ ਆ ਗਿਆ, ਕੋਈ ਦੋਤਰਾ ਬਣ ਕੇ ਆ ਗਿਆ, ਔਰ ਆਪਣੀ ਕਮਾਈ ਹੋਈ ਦੌਲਤ ਅਸੀਂ ਦੇ ਦਿੰਦੇ ਹਾਂ ਪੋਤਰੇ ਨੂੰ, ਪੜਪੋਤਰੇ ਨੂੰ, ਦੋਤਰੇ ਨੂੰ ਦੇ ਦਿੰਦੇ ਹਾਂ। ਪਰ ਇਹ ਖਬਰ ਨਹੀਂ ਕਿ ਜਿਹੜਾ ਬੱਚਾ ਮੇਰਾ ਦੋਤਰਾ ਬਣ ਕੇ ਆਇਆ, ਮੇਰਾ ਪੋਤਰਾ ਬਣ ਕੇ ਆਇਆ, ਪਤਾ ਨਹੀਂ ਇਹ ਕੌਣ ਹੈ ਪਿਛਲੇ ਜਨਮ ਦਾ। ਪਰ ਨਹੀਂ, ਅੱਜ ਉਹ ਸਾਡੇ ਬੰਗਲੇ ਵਿੱਚ ਰਹੇਗਾ, ਔਰ ਇਸ ਬੰਗਲੇ 'ਚੋਂ ਜਿਹੜਾ ਰੁਖਸਤ ਕਰ ਗਿਆ ਉਹ ਕਿੱਥੇ ਜਾਏਗਾ? ਜੇ ਉਸਨੇ ਬੰਦਗੀ ਕੀਤੀ ਹੈ ਤਾਂ ਪਾਰ ਹੋ ਗਿਆ, ਜੇ ਬੰਦਗੀ ਨਹੀਂ ਕੀਤੀ ਤਾਂ ਗੁਸਤਾਖੀ ਮਾਂ ਫਿਰ ਜੁੱਗੀ ਝੌਂਪੜੀਆਂ ਦੇ ਵਿੱਚ ਨਿਵਾਸ, ਬੰਗਲਾ ਛੱਡ ਕੇ ਫਿਰ ਝੌਂਪੜੀ ਵਿੱਚ ਆ ਗਏ। ਝੌਂਪੜੀ ਦੇ ਵਿੱਚ ਰਹਿਣ ਵਾਲੇ ਬੰਦੇ ਜੇ ਇਬਾਦਤ ਕਰਦੇ ਨੇ, ਬੰਦਗੀ ਕਰਦੇ ਨੇ, ਪ੍ਰਭੂ ਦਾ ਧੰਨਵਾਦ ਕਰਦੇ ਨੇ ਔਰ ਬੰਦਗੀ ਕਰਦੀਆਂ ਕਰਦੀਆਂ ਧਨ ਮੰਗਦੇ ਨੇ, ਤਾਂ ਫਿਰ ਸਮਝ ਲੈਣਾ ਫਿਰ ਆ ਗਏ ਮਹਿਲਾਂ ਦੇ ਵਿੱਚ। ਇਸ ਨੂੰ ਇਸ ਤਰ੍ਹਾਂ ਕਹਿੰਦੇ ਨੇ ਕਿ ਕੁਛ ਲੋਕ ਤਾਂ ਐਸੇ ਨੇ ਜਿਹੜੇ ਪ੍ਰਕਾਸ਼ ਤੋਂ ਪ੍ਰਕਾਸ਼ ਵੱਲ ਜਾਂਦੇ ਨੇ। ਪ੍ਰਕਾਸ਼ ਤੋਂ ਮੁਰਾਦ ਘਰ ਵਿੱਚ ਧਨ ਬਹੁਤ ਪਿਆ ਹੈ, ਸੁੱਖ ਬਹੁਤ ਪਏ ਨੇ ਔਰ ਉਹ ਬੰਦਗੀ ਕਰ ਰਹੇ ਨੇ, ਉਹ ਪ੍ਰਕਾਸ਼ ਤੋਂ ਪ੍ਰਕਾਸ਼ ਵੱਲ ਜਾ ਰਹੇ ਨੇ। ਕੁਝ ਮਨੁੱਖ ਐਸੇ ਨੇ ਜੋ ਪ੍ਰਕਾਸ਼ ਤੋਂ ਅੰਧਕਾਰ ਵੱਲ ਜਾ ਰਹੇ ਨੇ। ਘਰ ਵਿੱਚ ਸਭ ਕੁਛ ਹੈ, ਸਾਰੇ ਸੁੱਖ ਹਨ, ਪਰ ਪ੍ਰਭੂ ਦੀ ਬੰਦਗੀ ਨਹੀਂ ਕਰਦੇ, ਐਸੇ ਪ੍ਰਕਾਸ਼ ਤੋਂ ਅੰਧਕਾਰ ਵੱਲ ਜਾ ਰਹੇ ਨੇ। ਕੁਝ ਮਨੁੱਖ ਐਸੇ ਨੇ ਜਿਹੜੇ ਅੰਧਕਾਰ 'ਚੋਂ ਅੰਧਕਾਰ ਵੱਲ ਜਾ ਰਹੇ ਨੇ। ਪਹਿਲਾਂ ਵੀ ਗਰੀਬ ਨੇ, ਹੁਣ ਵੀ ਮਾੜੇ ਕਰਮ ਕਰ ਰਹੇ ਨੇ।
और कुछ मनुख ऐसे ने जिहड़े अंधकार चों प्रकाश वल जा रहे हैं। घर विच गरीबी भी है, दुख भी है, तकलीफ भी है, तां भी बंदगी कर रहे हैं, तां भी इबादत कर रहे हैं, तो प्रकाश वल जाना है। तमसो मां जो तिरगमे, अंधकार चो प्रकाश वल। अखीरली गल कह के समाप्ति वाल आना, जेड़ा मनुख शब्द नो जीवन विच उतार लैंदा है वह इत्थे भी पा रहे इलाही दरगाह विच भी माण दी प्राप्ति होंदी। चहन वरन नहीं छाया माया, नानक शब्द पछाण। हुण इस पंक्ति नू गौर करके समझना, ओ परिपूर्ण परमात्मा जिहदा कोई चहन नहीं है, चक्र चहन अर बरन जात अर पात नहन जे, ना उहदा कोई चहन है ना उहदा कोई वर्ण है। वर्ण तो मुराद खत्री, ब्राह्मण, शूद, वैश्य। इस तरह नहीं कह सकते कि परमात्मा ब्राह्मण है, और ये भी नहीं कह सकते कि परमात्मा खत्री है, शूद्र है, वैश्य है, कुछ नहीं। जिसका चहन नहीं है, जिसका वर्ण नहीं है, तो जिसकी छाया भी नहीं है, जिसकी छाया तो मुराद कि माया का प्रभाव नहीं है, जिसते माया के प्रभाव तो रहते, ऐसे परमात्मा नूं किस तरह पछाणीए। नानक शब्द पछाणे, ज्ञान शब्द। जिवें जिवें गुरु का ज्ञान सुनोगे, जिवें जिवें गुरु के उपदेश नूं सुनोगे ते हिरदे विच वसाओगे, उस दिन आप जी ने देखना है कि तुसी खुद ही खुदा का रूप हो, खुद ही खुदा। जदों वो दीवार हट गई, जदों परत हट गई विकारां दी, बाकी जो कुछ बचेगा वो ही परमात्मा का शुद्ध स्वरूप है। गुरु साहिब जी कृपा करन, ये प्यार आप जी नूं सारियां नूं बख्शिश करन। बाकी विचारां शाम दे दीवान विच करांगे। पुल्लां चुक्कां दी खिमा। वाहिगुरु जी का खालसा, वाहिगुरु जी की फतेह। राम